ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਗਤਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦਾ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹੋਇਆ ਵਾਂ। ਅੱਜ ਦੀ ਗੱਲ ਮੈਂ ਜਿਹੜੀ ਕਰਨ ਲੱਗਾ ਵਾਂ, ਬੜੇ ਅਫਸੋਸ ਦੀ ਗੱਲ ਹੈਗੀ ਹੈ ਤੇ ਦੁੱਖ ਦੀ ਗੱਲ ਏ। ਮੈਂ ਅੱਜ ਇੱਕ ਗੱਲ ਸੋਚਣ ਤੇ ਮਜਬੂਰ ਹੋ ਗਿਆ ਵਾਂ, ਖਾਲੀ ਮੈਂ ਹੀ ਨਹੀਂ ਬਲਕਿ ਸਾਰੀ ਕੌਮ ਇਹ ਸੋਚਣ ਤੇ ਮਜਬੂਰ ਹੋ ਗਈ ਏ ਕਿ ਮੇਰੀ ਮਸੀਹ ਕੌਮ ਨੂੰ ਕੀ ਹੋਇਆ ਹੋਇਆ ਹੈ। ਅਸੀਂ ਤੇ ਪਹਿਲਾਂ ਹੀ ਪਾਕਿਸਤਾਨ ਦੇ ਵਿੱਚ ਬੜੇ ਮਜਬੂਰ ਤੇ ਬੇਕਸ ਲੋਕ ਹੈਗੇ ਆ। ਮੇਰੀ ਮਸੀਹ ਕੌਮ ਦੇ ਅੰਦਰ ਖੁਦ ਵੀ ਬੜੀ ਅਦਮੇ ਬਰਦਾਸ਼ਤ ਪਾਈ ਜਾ ਰਹੀ ਹੈ। ਅਸੀਂ ਕਿਸੇ ਭੈਣ ਭਾਈ ਦੀ ਗੱਲ ਹੀ ਬਰਦਾਸ਼ਤ ਨਹੀਂ ਕਰਦੇ, ਅਸੀਂ ਉਹਦੀ ਕੌੜੀ ਗੱਲ ਬਰਦਾਸ਼ਤ ਨਹੀਂ ਕਰਦੇ, ਅਸੀਂ ਕਿਸੇ ਆਪਣੇ ਭਾਈ ਭੈਣ ਦੀ ਗਾਲ ਬਰਦਾਸ਼ਤ ਨਹੀਂ ਕਰਦੇ। ਲੇਕਿਨ ਮੈਂ ਆਪਣੀਆਂ ਅੱਖਾਂ ਨਾਲ ਬੜੇ ਬੜੇ ਵਾਕਿਆਤ ਵੇਖੇ ਨੇ ਕਿ ਅਸੀਂ ਜਦੋਂ ਵੀ ਕੋਈ ਐਸਾ ਸਾਡੇ ਕੋਲ ਮੁਕੱਦਮਾ ਐਸਾ ਆ ਜਾਵੇ ਕਿ ਜਿਹਦੇ ਵਿੱਚ ਕੋਈ ਮੁਸਲਿਮ ਚੌਧਰੀ ਆ ਜਾਵੇ, ਅਸੀਂ ਉਹਦੀ ਗੱਲ ਵੀ ਬਰਦਾਸ਼ਤ ਕਰਦੇ ਹਾਂ, ਉਹਦੀ ਗੱਲ ਬਰਦਾਸ਼ਤ ਕਰਕੇ ਅਸੀਂ ਚੁੱਪ ਹੋ ਜਾਂਦੇ ਹਾਂ। ਇਹਦੇ ਦੇ ਨਾਲ ਇੱਕ ਹੋਰ ਗੱਲ ਕਰਾਂਗਾ, ਇਹਦੇ ਨਾਲ ਇੱਕ ਹੋਰ ਗੱਲ ਕਰਾਂਗਾ। ਉਹ ਗੱਲ ਪਤਾ ਕੀ ਹੈ ਕਿ ਜਦੋਂ ਅਸੀਂ ਆਪਸ ਚ ਲੜਦੇ ਹਾਂ, ਜਦੋਂ ਵੀ ਕੋਈ ਐਸਾ ਫੈਸਲਾ ਹੋ ਜਾਂਦਾ ਔਰ ਥਾਣੇ ਗੱਲ ਪਹੁੰਚ ਜਾਂਦੀ ਹੈ, ਅਸੀਂ ਆਪਣੇ ਸਿਪਾਹੀ ਤੇ ਭੈਣ ਦੀ ਗਾਲ ਬਰਦਾਸ਼ਤ ਨਹੀਂ ਕੀਤੀ, ਲੇਕਿਨ ਥਾਣੇ ਦੇ ਵਿੱਚ ਜਾ ਕੇ ਉਸ ਥਾਣੇਦਾਰ ਦੇ ਅੱਗੇ ਉਹ ਸਾਨੂੰ ਨਾਲੇ ਮਾਵਾਂ ਭੈਣਾਂ ਦੀਆਂ ਗਾਲਾਂ ਵੀ ਕੱਢਦਾ ਤੇ ਅਸੀਂ ਉਹਨੂੰ ਪੈਸੇ ਵੀ ਦਿੰਦੇ ਹਾਂ, ਲੇਕਿਨ ਆਪਣੇ ਕਿਸੇ ਭਾਈ ਦੀ ਗਾਲ ਤੁਹਾਨੂੰ ਬਰਦਾਸ਼ਤ ਨਹੀਂ ਹੁੰਦੀ, ਉਹਦਾ ਕੋਈ ਗੁੱਸਾ ਤੁਸੀਂ ਬਰਦਾਸ਼ਤ ਨਹੀਂ ਕਰਦੇ। ਅੱਜ ਮੈਂ ਜਿਹੜੀ ਗੱਲ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਇਆ ਵਾਂ, ਉਹ ਬੜੇ ਦੁੱਖ ਵਾਲੀ ਗੱਲ ਹੈਗੀ ਹੈ ਜਿਹੜੀ ਕਿ ਕੱਲ ਦਾ ਵਾਕਿਆ ਹੋਇਆ। ਉਹ ਵਾਕਿਆ ਕੀ ਹੈ? ਫੈਸਲਾਬਾਦ ਦੇ ਗਾਓ ਜਿਹਦਾ ਨਾਮ ਹੈ ਖੁਸ਼ਪੁਰ, ਉੱਥੇ ਇੱਕ ਮਾਮੂਲੀ ਝਗੜਾ ਇੱਕ ਡੈਕ ਲਾਉਣ ਦੀ ਵਜ੍ਹਾ ਤੋਂ ਹੋਇਆ। ਇਹਦਾ ਕਿਹਾ ਡੈਕ ਦੀ ਆਵਾਜ਼ ਘੱਟ ਕਰੋ, ਲੇਕਿਨ ਉਹ ਗੱਲ ਬਰਦਾਸ਼ਤ ਨਹੀਂ ਹੋਈ, ਗੱਲ ਵੱਧਦੀ ਇੱਥੋਂ ਕਿ ਦੋ ਬੰਦੇ ਹੀ ਮਾਰ ਗਏ, ਲੇਕਿਨ ਉਹ ਦੋ ਬੰਦੇ ਵੀ ਦੋ ਖਾਨਦਾਨ ਤਬਾਹ ਹੋ ਗਏ ਨੇ। ਮੈਂ ਵੀ ਸੋਚਣ ਤੇ ਮਜਬੂਰ ਹੋ ਗਿਆ, ਮੇਰੀ ਮਸੀਹ ਕੌਮ ਨੂੰ ਕੀ ਹੋ ਗਿਆ, ਮੇਰੀ ਮਸੀਹ ਕੌਮ ਨੂੰ ਕੀ ਹੋ ਗਿਆ। ਮੇਰੀ ਮਸੀਹ ਕੌਮ ਦੇ ਅੰਦਰ ਅਦਮੇ ਬਰਦਾਸ਼ਤ ਹੋ ਚੁੱਕੀ ਹੈ, ਇੰਨੀ ਕੁਛ ਸਾਡੇ ਅੰਦਰ ਅਦਮੇ ਬਰਦਾਸ਼ਤ ਹੈ ਕਿ ਅਸੀਂ ਆਪਣੀ ਕੌਮ ਦੀ ਕੋਈ ਵੀ ਗੱਲ ਬਰਦਾਸ਼ਤ ਨਹੀਂ ਕਰਦੇ ਪਏ। ਸਾਨੂੰ ਇਹੋ ਜਿਹੀ ਅਦਮੇ ਬਰਦਾਸ਼ਤ ਹੋ ਚੁੱਕੀ ਹੈ ਕਿ ਅਸੀਂ ਆਪਣੇ ਅੰਦਰ ਇਹ ਵੇਖਦੇ ਹਾਂ ਸਾਨੂੰ ਕੋਈ ਗੱਲ ਕਰਕੇ ਜਾਵੇ ਕਿੱਥੇ। ਮੈਂ ਅੱਜ ਦੋ ਭਾਈਆਂ ਦਾ ਜ਼ਿਕਰ ਕਰਨਾ ਚਾਹਾਂਗਾ ਜਿਹੜੇ ਕਿ ਜੋਬ ਹੱਕ ਹੋ ਗਏ ਨੇ, ਇੱਕ ਦਾ ਨਾਮ ਨਦੀਮ ਔਰ ਦੂਸਰੇ ਦਾ ਨਾਮ ਅਮੀਨ ਜਾਰਜ। ਉਹ ਦੋ ਖਾਨਦਾਨ ਤਬਾਹ ਹੋ ਗਏ, ਬਰਬਾਦ ਹੋ ਗਏ ਨੇ। ਮੈਂ ਆਪਣੀ ਕੌਮ ਦੇ ਕੇ ਕਹਿਣਾ ਚਾਹੁੰਦਾ, ਉਹ ਅਸੀਂ ਖੁਸ਼ੀ ਤੇ ਅਮਨ ਦੇ ਬਾਦਸ਼ਾਹ ਦੇ ਪੈਰੋਕਾਰ ਹਾਂ, ਅਸੀਂ ਸੁਲਾ ਤੇ ਸਲਾਮਤੀ ਦੇ ਸ਼ਹਿਜ਼ਾਦੇ ਦੇ ਬੇਟੇ ਤੇ ਬੇਟੀਆਂ ਵਾਂ। ਲੇਕਿਨ ਲੱਗਦਾ ਮੇਰੀ ਕੌਮ ਇਸ ਗੱਲ ਨੂੰ ਭੁੱਲ ਕੇ ਬੈਠੀ ਹੋਈ ਹੈ। ਮੇਰਾ ਸੁਲਾ ਤੇ ਸਲਾਮਤੀ ਦਾ ਸ਼ਹਿਜ਼ਾਦਾ ਕੀ ਕਹਿ ਰਿਹਾ ਕਿ ਤੁਸੀਂ ਇੱਕ ਦੂਜੇ ਨੂੰ ਚੀਰ ਦੇ ਤੇ ਫਾੜਦੇ ਰਹਿੰਦੇ ਜੇ। ਜਿਸ ਸਾਲ ਕਿ ਮੇਰੇ ਯਸੂ ਨੇ ਸਾਨੂੰ ਆਪਣੇ ਕੀਮਤੀ ਲਹੂ ਨਾਲ ਖਰੀਦਿਆ ਹੋਇਆ ਹੈ, ਲੇਕਿਨ ਅੱਜ ਮੈਂ ਵੇਖਣਾ ਪਿਆ ਵਾਂ ਕਿ ਮੇਰੀ ਮਸੀਹ ਕੌਮ ਦਾ ਲਹੂ ਇੰਨਾ ਸਸਤਾ ਹੋ ਗਿਆ ਕਿ ਜਿਹੜੇ ਵੇਲੇ ਮਰਜ਼ੀ ਅਸੀਂ ਬਹਾ ਦਿੰਦੇ ਹਾਂ, ਉਹ ਦੂਜਾ ਤੇ ਸਾਡਾ ਬਹਾਉਂਦੇ ਨੇ ਔਰ ਅਸੀਂ ਖੁਦ ਵੀ ਇੱਕ ਦੂਜੇ ਦੇ ਲਹੂ ਦੇ ਪਿਆਸੇ ਬਣੇ ਪਏ ਹਾਂ। ਉਹ ਸਾਡੇ ਕੋਲ ਪਾਕਿਸਤਾਨ 'ਚ ਅਸੀਂ ਤੇ ਪਹਿਲਾਂ ਹੀ ਇੱਥੇ ਬੜੇ ਪਿੱਛੇ ਹੋਏ ਲੋਕ ਹੈਗੇ ਹਾਂ। ਸਾਡੇ ਅੰਦਰ ਕਿਉਂ ਨਹੀਂ ਇਹ ਬਰਦਾਸ਼ਤ ਆਉਂਦੀ ਕਿ ਚੱਲ ਯਾਰ ਖੈਰ ਤੂੰ ਵੱਡਾ ਹੋ ਜਾ, ਇੱਕ ਦੂਜੇ ਨੂੰ ਕਿਉਂ ਨਹੀਂ ਅਸੀਂ ਬਰਦਾਸ਼ਤ ਕਰਦੇ ਪਏ। ਮੈਂ ਇਹ ਗੱਲ ਫੇਰ ਕਹਿ ਰਿਹਾ, ਉਹ ਭਾਈ ਨਦੀਮ ਵੀ ਇਸ ਦੁਨੀਆਂ ਤੋਂ ਗਿਆ ਜਾਂ ਅਮੀਨ ਵੀ ਇਸ ਦੁਨੀਆਂ ਤੋਂ ਗਿਆ, ਬਲਕਿ ਪੂਰਾ ਖਾਨਦਾਨ ਹੀ ਤੁਰ ਗਿਆ। ਉਹ ਦੋ ਖਾਨਦਾਨਾਂ ਦਾ ਬਿਲਕੁਲ ਬੜਾ ਗਰਕ ਹੋ ਗਿਆ। ਮੇਰੇ ਅਜ਼ੀਜ਼ੋ, ਮੈਂ
ਇਹ ਚਾਹੁੰਦਾ ਵਾਂ ਕਿ ਮੇਰੀ ਕੌਮ ਇਸ ਪੈਗਾਮ ਨੂੰ ਸੁਣੇ ਜੋ ਕੁਛ ਮੈਂ ਕਹਿਣਾ ਚਾਹ ਰਿਹਾ। ਜਦੋਂ ਅਸੀਂ ਕਿਸੇ ਵੱਡੇ ਦੀ ਕਿਸੇ ਚੌਧਰੀ ਦੀ ਗੱਲ ਨੂੰ ਬਰਦਾਸ਼ਤ ਕਰ ਜਾਂਦੇ ਹਾਂ ਤੇ ਫਿਰ ਆਪਣਿਆਂ ਦੀ ਕਿਉਂ ਨਹੀਂ ਬਰਦਾਸ਼ਤ ਕਰਦੇ ਪਏ, ਕਿਉਂ ਨਹੀਂ ਅਸੀਂ ਬਰਦਾਸ਼ਤ ਕਰਦੇ ਪਏ? ਅੱਜ ਮੈਂ ਆਪਣੀ ਮਸੀਹ ਕੌਮ ਦੇ ਅੱਗੇ ਹੱਥ ਜੋੜ ਕੇ ਇੱਕ ਅਪੀਲ ਕਰਨਾ ਚਾਹ ਰਿਹਾ ਵਾਂ, ਆਪਣੀ ਕੌਮ ਦੇ ਅੱਗੇ ਇਹ ਅਪੀਲ ਕਰਨਾ ਚਾਹ ਰਿਹਾ ਵਾਂ ਕਿ ਤੁਸੀਂ ਆਪਸ ਦੇ ਵਿੱਚ ਸੁਲਾ ਤੇ ਸਲਾਮਤੀ ਨੂੰ ਲੈ ਆਓ। ਸਾਡੇ ਕੋਲ ਕਿਹੜੀਆਂ ਵੱਡੀਆਂ ਵੱਡੀਆਂ ਜ਼ਖੀਰਾਂ ਨੇ ਮੇਰੇ ਅਜ਼ੀਜ਼ੋ? ਅਸੀਂ ਸ਼ਾਮ ਦੀ ਰੋਟੀ ਖਾ ਲਈ ਹੈ, ਬੜੀ ਵੱਡੀ ਗੱਲ ਹੈ। ਸਾਡੇ ਕੋਲ ਪਾਕਿਸਤਾਨ 'ਚ ਇਹੋ ਜਿਹੇ ਸੋਰਸਿਸ ਨਹੀਂ ਹੈਗੇ ਕਿ ਅਸੀਂ ਅੱਛੀ ਰੋਟੀ ਖਾ ਸਕੀਏ, ਲੇਕਿਨ ਜਿੰਨੀ ਕੁ ਖਾਂਦੇ ਪਏ ਆ ਉਹਦੇ ਲਈ ਖੁਦਾ ਦਾ ਸ਼ੁਕਰ ਕਰੀਏ। ਮੈਂ ਮਾਜ਼ੀ ਦੇ ਵਿੱਚ 1948 ਦੇ ਜਦੋਂ ਦੱਸਿਆ ਸੀ, ਇੱਕ ਥਾਣੇਦਾਰ ਨੇ ਇੱਕ ਮਸੀਹ ਕੌਮ ਬੰਦੇ ਨੂੰ ਸਿਰਫ ਇਹ ਤੋਂ ਛਿੱਤਰ ਮਾਰੇ ਕਿ ਉਹਦੇ ਸਾਹਮਣੇ ਚਿੱਟਾ ਸੂਟ ਪਾ ਕੇ ਤੇ ਘੋੜੀ ਤੇ ਨਿਕਲਦਾ ਹੁੰਦਾ ਸੀ। ਅਗਲੀ ਮੇਰੀ ਗੱਲ ਸਮਝਦੇ ਹੋ? ਤੁਸੀਂ ਆਪਸ ਕਿਉਂ ਨੀ ਇੱਕ ਦੂਜੇ ਨੂੰ ਬਰਦਾਸ਼ਤ ਕਰਦੇ ਪਏ? ਕਿਉਂ ਨੀ ਇੱਕ ਦੂਜੇ ਨੂੰ ਬਰਦਾਸ਼ਤ ਕਰਦੇ ਪਏ? ਮੇਰੇ ਅਜ਼ੀਜ਼ੋ, ਮੇਰੀ ਇਸ ਗੱਲ ਨੂੰ ਜ਼ਰਾ ਚਿੱਥੋ ਤੇ ਮੈਂ ਅੱਜ ਦਾ ਪੈਗਾਮ, ਅੱਜ ਦੀ ਅਪੀਲ ਤੁਹਾਡੇ ਅੱਗੇ ਹੱਥ ਜੋੜ ਕੇ ਕਰ ਰਿਹਾ ਵਾਂ ਕਿ ਆਪਣੇ ਅੰਦਰ ਇਸ ਗੱਲ ਨੂੰ ਪੈਦਾ ਕਰੋ ਕਿ ਅਸੀਂ ਸੁਲਾ ਤੇ ਸਲਾਮਤੀ ਦੇ ਸ਼ਹਿਜ਼ਾਦੇ ਦੇ ਬੱਚੇ ਹਾਂ। ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵਾਂ ਕਿ ਵੱਡਾ ਦਿਨ ਜਿਹੜਾ ਹੁੰਦਾ ਨਾ ਉਹ ਵੱਡੇ ਦਿਲਾਂ ਨਾਲ ਹੁੰਦਾ ਜੇ। ਵੱਡਾ ਦਿਲ ਦਾ ਮਤਲਬ ਕੀ ਹੈ? ਹਰ ਇੱਕ ਦੀ ਗੱਲ ਬਰਦਾਸ਼ਤ ਕਰ ਜਾਓ। ਵੱਡੇ ਕੰਮਾਂ ਨਾਲ ਵੱਡਾ ਦਿਨ ਹੁੰਦਾ ਹੈ, ਵੱਡੀਆਂ ਸੋਚਾਂ ਦੇ ਨਾਲ ਵੱਡਾ ਦਿਨ ਹੁੰਦਾ ਹੈ। ਵੱਡਾ ਦਿਨ ਖੂਨ ਖਰਾਬਿਆਂ ਨਾਲ ਨਹੀਂ ਜਾਂਦਾ। ਉਹ ਖਾਨਦਾਨ ਮੇਰੇ ਅਜ਼ੀਜ਼ੋ ਸੋਚੋ ਜਿਨ੍ਹਾਂ ਦੇ ਦੋ ਖਾਨਦਾਨ ਤਬਾਹ ਹੋਏ, ਉਹ ਕਿਵੇਂ ਨਵਾਂ ਸਾਲ ਕਹਿਣਗੇ? ਵੱਡਾ ਦਿਨ ਵੱਡੀਆਂ ਸੋਚਾਂ ਨਾਲ ਮਨਾਓ, ਵੱਡਾ ਦਿਨ ਵੱਡੇ ਦਿਲਾਂ ਨਾਲ ਹਰ ਇੱਕ ਗੱਲ ਨੂੰ ਬਰਦਾਸ਼ਤ ਕਰੋ। ਇਹ ਨਹੀਂ ਵੱਡਾ ਦਿਨ, ਵੱਡਾ ਦਿਨ ਛੋਟੀਆਂ ਸੋਚਾਂ ਤੇ ਛੋਟੇ ਦਿਲਾਂ ਨਾਲ ਨਹੀਂ ਹੁੰਦਾ। ਅੱਜ ਦੇ ਪੈਗਾਮ ਜੋ ਲੈ ਕੇ ਆਇਆ ਵਾਂ ਉਹ ਤੁਹਾਡੇ ਨਾਲ ਮੈਂ ਸੁਲਾ ਤੇ ਸਲਾਮਤੀ ਦੀ ਗੱਲ ਕਰਨਾ ਆਇਆ ਵਾਂ। ਪਰ ਮੈਂ ਇਹ ਗੱਲ ਕਹਿਣਾ ਚਾਹ ਰਿਹਾ, ਕਿਉਂ ਅਸੀਂ ਪਾਕਿਸਤਾਨ ਦੇ ਅੰਦਰ ਖੂਨ ਦੀਆਂ ਹੋਲੀਆਂ ਦੇ ਨਾਲ ਵੱਡਾ ਦਿਨ ਮਨਾਉਂਦੇ ਪਏ ਹਾਂ? ਇੰਜ ਨਹੀਂ ਹੋਣਾ ਚਾਹੀਦਾ, ਬਲਕਿ ਪਿਆਰ ਤੇ ਮੁਹੱਬਤ ਦੇ ਨਾਲ ਵੱਡਾ ਦਿਨ ਮਨਾਓ ਤਾਂ ਕਿ ਅਸਮਾਨੀ ਬਾਦਸ਼ਾਹ ਖੁਦਾਵੰਦ ਯਸੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਅੱਜ ਦਾ ਇਹ ਜਿਹੜਾ ਇਹ ਪੈਗਾਮ ਮੈਂ ਲੈ ਕੇ ਆਇਆ ਵਾਂ, ਇਹ ਸੁਣੋ, ਬਰਕਤ ਪਾਓ। ਅੱਜ ਇਸੇ ਪ੍ਰੋਗਰਾਮ ਦੇ ਨਾਲ ਮੈਂ ਤੁਹਾਡੇ ਸਾਰਿਆਂ ਕੋਲ ਇਜਾਜ਼ਤ ਚਾਹਾਂਗਾ। ਖੁਦਾਵੰਦ ਤੁਹਾਡੇ ਸਭ ਦੇ ਨਾਲ ਤੇ ਤੁਹਾਡੀ ਸਲਾਮਤੀ ਹੋਵੇ। ਪਾਕਿਸਤਾਨ ਜ਼ਿੰਦਾਬਾਦ।